ਕਿਉਂਕਿ ਗਵਰਨਮੈਂਟ ਆਫ ਪੰਜਾਬ ਨੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਔਰ ਕਾਂਗਰਸ ਪਾਰਟੀ ਨੇ ਆਪਣੇ ਮਨਸ਼ੂਰ ਦੇ ਵਿੱਚ ਜਿਹੜੇ ਕਿਸਾਨ ਕਰਜ਼ੇ ਥੱਲੇ ਆ ਗਏ ਨੇ ਉਹਨਾਂ ਲਈ ਕੋਈ ਨਾ ਕੋਈ ਸਹਾਇਤਾ ਜਿਹੜੀ ਹੈ ਔਰ 2 ਲੱਖ ਰੁਪਏ ਤੱਕ ਦੀ ਜਿਹੜੀ ਡੈਟ ਵੈਵਰ ਦੀ ਸਕੀਮ ਅਨਾਉਂਸ ਕੀਤੀ ਸੀ ਉਹਦੇ ਲਈ ਪਿਛਲੇ ਹਾਲੀ ਦੋ ਦਿਨਾਂ ਦੇ ਵਿੱਚ ਪੰਜਾਬ ਦਾ ਇੱਕ ਵਫਦ ਜਿਹੜਾ ਸੀ ਉਹਨਾਂ ਨੇ ਰਿਜ਼ਰਵ ਬੈਂਕ ਆਫ ਇੰਡੀਆ ਔਰ ਜਿਹੜਾ ਨਬਾਰਡ ਬੈਂਕ ਆ ਜਿਹੜਾ ਖੇਤੀਬਾੜੀ ਤੇ ਰੂਰਲ ਡਿਵੈਲਪਮੈਂਟ ਬੈਂਕ ਹੈ ਇਹਦੇ ਨਾਲ ਸਾਡੀ ਦੋ ਦਿਨ ਮੀਟਿੰਗ ਹੋਈ ਹੈ ਕਿਉਂਕਿ ਇਹਦਾ ਤਰੀਕਾ ਤੇ ਸਲੀਕਾ ਕੀ ਬਣੂਗਾ ਕਰਜ਼ਾ ਮਾਫੀ ਦਾ 10 ਲੱਖ ਇਹਦੇ ਬੈਨੇਫਿਸ਼ੀਅਰੀਜ਼ ਹੈ ਕਿਉਂਕਿ ਇੱਕ ਵਾਰੀ ਜਿਹੜੇ ਕਿਸਾਨ ਦਾ ਕਰਜ਼ਾ ਜਾਂ ਉਹਨੂੰ ਮੁਕਤ ਕਰਨ ਦੀ ਜਿਹੜੀ ਗੱਲ ਹੈ ਉਹਨਾਂ ਨੂੰ ਮਜ਼ੀਦ ਕਰਜ਼ਾ ਮਿਲਦਾ ਰਵੇ ਅਕਾਊਂਟ ਜਿਹੜੇ ਹੈ ਉਹਨਾਂ ਦੇ ਡਿਲੀਨਕਵੈਂਟ ਨਾ ਹੋਣ ਇਸ ਸਾਰੇ ਜਿਹੜੀਆਂ ਮੋਡੈਲਿਟੀਆਂ ਐ ਇਹਦਾ ਇਹਦਾ ਜਿਹੜਾ ਤਰੀਕੇਕਾਰ ਹੈ ਉਹ ਕਿਸ ਤਰ੍ਹਾਂ ਦਾ ਹੋਏਗਾ ਇਹ ਰਿਜ਼ਰਵ ਬੈਂਕ ਦੇ ਜਿਹੜੇ ਕੋਈ ਖਤਸ਼ੇ ਹੋਣੇ ਆ ਨਬਾਰਡ ਬੈਂਕ ਦੇ ਜਿਹੜੇ ਖਤਸ਼ੇ ਹੋਣੇ ਆ ਕਿਉਂਕਿ ਅਗਲੀ ਜਿਹੜੀ ਕ੍ਰੈਡਿਟ ਲਿਮਿਟ ਐ ਕਿਉਂਕਿ ਕਣਕ ਦੀ ਫਸਲ ਵੀ ਦੇਣੀ ਐ ਸੋ ਉਹ ਸਾਰੀਆਂ ਗੱਲਾਂ ਬਾਤਾਂ ਤੈਅ ਕਰਨ ਵਾਸਤੇ ਰਿਜ਼ਰਵ ਬੈਂਕ ਨਾਲ ਮੀਟਿੰਗ ਵੀ ਜ਼ਰੂਰੀ ਸੀ ਤੇ ਨਬਾਰਡ ਬੈਂਕ ਨਾਲ ਵੀ ਜ਼ਰੂਰੀ ਸੀ ਔਰ ਇਸ ਤੋਂ ਇਲਾਵਾ ਜਿਹੜੇ ਖਾਤੇਦਾਰ ਐ ਕਿਉਂਕਿ ਗਵਰਨਮੈਂਟ ਜਿਹੜੀ ਹੈ ਉਹ ਕਿਸੇ ਬੈਂਕ اختیار ਨਹੀਂ ਹੈ ਬੈਂਕ ਨੂੰ ਕਿਸੇ ਪ੍ਰਾਈਵੇਟ ਬੰਦੇ ਦਾ ਡਿਟੇਲਸ ਜਿਹੜੇ ਆ ਉਹ ਸਰਕਾਰ ਨੂੰ ਮਿਲ ਸਕਣ ਸੋ ਅਸੀਂ ਰਿਜ਼ਰਵ ਬੈਂਕ ਨੂੰ ਇਹ ਵੀ ਰਿਕੁਐਸਟ ਕੀਤੀ ਸੀ ਕਿ ਸਾਨੂੰ ਡਾਟਾ ਮਿਲ ਜੇ ਸੋ ਕਿਉਂਕਿ ਜਿਹੜਾ ਪੀ ਹੱਕ ਸਾਹਿਬ ਦੀ ਜਿਹੜੀ ਐਕਸਪਰਟ ਕਮੇਟੀ ਹੈ ਉਹਨਾਂ ਨੇ 17 ਅਗਸਤ ਨੂੰ ਆਪਣੀ ਰਿਪੋਰਟ ਜਿਹੜੀ ਹੈ ਉਹ ਸਟੇਟ ਗਵਰਨਮੈਂਟ ਨੂੰ ਦੇਣੀ ਹੈ ਸੋ ਅਸੀਂ ਬੜੀ ਤੇਜ਼ੀ ਨਾਲ ਕੰਮ ਕਰ ਰਹੇ ਆ ਕਿ ਇਹ ਜਿਹੜਾ ਸਾਰਾ ਪ੍ਰਤੀਕਿਰਿਆ ਹੈ ਇਹ ਜਲਦੀ ਤੋਂ ਜਲਦੀ ਅਸੀਂ ਇਹ ਖਤਮ ਕਰ ਸਕੀਏ ਗਵਰਨਮੈਂਟ ਨੋਟੀਫਿਕੇਸ਼ਨ ਆ ਸਕੇ ਕਰਜ਼ੇ ਦੀ ਔਰ ਜਿੰਨਾ ਇਹਨੂੰ ਲੇਟ ਕਰਦੇ ਆ ਉਹਨਾਂ ਬੈਂਕਾਂ ਨੂੰ ਵੀ ਕਿਉਂਕਿ ਉਹਨਾਂ ਦੀ ਕਰਜ਼ੇ ਦੀ ਰਿਕ ਕਿਉਂਕਿ ਕਿਸਾਨ ਵੀ ਇਸ ਪੰਬਲ ਪੂਸੇ ਚ ਪਿਆ ਹੋਇਆ ਹੈ ਕਿ ਕਿੱਥੋਂ ਤੱਕ ਮਾਫ ਹੋਏਗਾ ਕਿੰਨਾ ਮਾਫ ਹੋਏਗਾ ਔਰ ਜਿੰਨੀ ਜਲਦੀ ਔਰ ਜਿੰਨਾ ਕਲੀਨਲੀ ਅਸੀਂ ਇਹਨੂੰ ਸਿਰੇ ਚੜਾ ਸਕਾਂਗੇ ਉਹ ਉਹ ਉਹਨਾਂ ਬੈਂਕਾਂ ਦਾ ਵੀ ਫਾਇਦਾ ਹੈ ਸਰਕਾਰ ਦਾ ਵੀ ਫਾਇਦਾ ਹੈ ਔਰ ਕਿਸਾਨ ਦਾ ਵੀ ਫਾਇਦਾ ਹੈ ਨੇ ਰਬੀਆਈ ਦਾ ਕੀ ਰਿਸਪੌਂਸ ਹੈਗਾ ਜੀ ਇਸ ਤੇ ਜਿਹੜਾ ਜਿਹੜੀਆਂ ਡਿਟੇਲ ਸਰਕਾਰ ਨੂੰ ਚਾਹੀਦੀਆਂ ਨੇ ਬੈਂਕਾਂ ਨੂੰ ਹਾਂ ਉਹ ਆਰਬੀਆਈ ਦਾ ਤਾਂ ਇਹ ਰਿਸਪੌਂਸ ਹੀ ਕੀ ਜੇ ਕਿਸਾਨ ਜਿਹੜਾ ਬੈਨੀਫਿਸ਼ੀਰੀ ਹੈ ਉਹ ਲਿਖ ਕੇ ਦੇ ਦਿੰਦਾ ਹੈ ਬੈਂਕ ਨੂੰ ਉਹਨੂੰ ਬਕਾ ਆਫਟਰ 올 ਦਾ ਫਾਇਦਾ ਹੋ ਰਿਹਾ ਕਰਜ਼ਾ ਤਾਂ ਆਰਬੀਆਈ ਨੂੰ ਤਾਂ ਉਹਦੇ ਵਿੱਚ ਕੋਈ ਖਰਚਾ ਨਹੀਂ ਹੈ ਤਾਂ ਉਹਨਾਂ ਨੇ ਕਿਹਾ ਇੱਕ ਪਰਫਾਰਮਾ ਸਾ ਬਣਾ ਲਓ ਕਿ ਕਿਸਾਨ ਖੁਦ ਸਾਈਨ ਕਰਕੇ ਦੇ ਦੇ ਕਿ ਮੇਰੀ ਡਿਟੇਲਸ ਪੰਜਾਬ ਸਰਕਾਰ ਨੂੰ ਦੇ ਦਿਓ ਇਸ ਤੋਂ ਇਸ ਤੋਂ ਇਲਾਵਾ ਅਸੀਂ ਇਹ ਵੀ ਮੈਂ ਦੱਸਣਾ ਭੁੱਲ ਗਿਆ ਕਿ ਆਰਬੀਆਈ ਨੂੰ ਤੇ ਨਬਾਰਡ ਬੈਂਕ ਨੂੰ ਵੀ ਕਿਹਾ ਸੀ ਕਿਉਂਕਿ ਅਸੀਂ ਯਕਮੁਸ਼ਤ ਜਿਹੜਾ ਹੈ ਇਹ ਐਡਾ ਵੱਡਾ ਬੈਂਕ ਦੀ ਜਿਹੜੀ ਲਾਇਬਿਲਟੀ ਹੈ ਅਸੀਂ ਕਰ ਰਹੇ ਹਾਂ ਸੋ ਬੈਂਕਾਂ ਨੂੰ ਵੀ ਥੋੜਾ ਥੋੜਾ ਜਿਹਨੂੰ ਅੰਗਰੇਜ਼ੀ ਚ हेयरकट ਕਹਿੰਦੇ ਆ ਜਾਂ ਕੁਛ ਨਾ ਕੁਛ ਜਿਹਨੂੰ OTS ਕਹ ਲਓ ਕਿ ਸਾਡੇ ਨਾਲ OTS ਕਰ ਲਓ ਤੁਹਾਡੇ ਕੋਲੇ ਕਿੰਨੇ ਖਾਤੇ ਜਿਹੜੇ ਆ ਜਿਹੜੇ ਡਿਫਾਲਟ ਹੋ ਚੁੱਕੇ ਆ ਜਿਹੜੇ ਕਿ ਤੁਸੀਂ ਤੁਹਾਨੂੰ ਵਾਪਸ ਨਹੀਂ ਆਣੇ ਪਰ ਅਸੀਂ ਪੰਜਾਬ ਸਰਕਾਰ ਫਿਰ ਵੀ ਉਹਨੂੰ ਓਨ ਅਪ ਕਰ ਰਹੀ ਹੈ ਤਾਂ ਕੁਛ ਨਾ ਕੁਛ ਰਾਹਤ ਜਿਹੜੀ ਹੈ ਉਹ ਕਿਸਾਨ ਨੂੰ ਟੋਟਲ ਕਿੰਨਾ ਕੰਦਾ ਮਿੱਟੀ ਹੈ ਉਹ ਦੱਸੇਗੀ ਪਰ ਤਕਰੀਬਨ ਤਕਰੀਬਨ ਹੈ 9.5 ਤੋਂ 10 ਹਜ਼ਾਰ ਕਰੋੜ ਦਾ ਹੈਗਾ ਔਰ ਇਹਦੇ ਵਿੱਚ ਜੇ ਮੈਂ ਗਲਤ ਨਾ ਹੋਵਾਂ ਕਿਉਂਕਿ ਫਿਗਰਸ ਤੇ ਨੰਬਰ ਜਿਹੜੇ ਆ ਉਹ ਕਈ ਵਾਰੀ ਯਾਦ ਨਹੀਂ ਰਹਿੰਦੇ ਇਹਦੇ ਵਿੱਚੋਂ ਤਕਰੀਬਨ 6 ਲੱਖ ਕਿਸਾਨ ਹੋਏਗਾ ਜਿਹੜਾ ਕਿ ਕੋਆਪਰੇਟਿਵ ਬੈਂਕ ਦੇ ਕਰਜ਼ੇ ਆ 6 ਲੱਖ ਦੇ ਔਰ 4 ਲੱਖ ਕਿਸਾਨ ਹੋਏਗਾ ਜਿਨ੍ਹਾਂ ਦੇ ਕਮਰਸ਼ੀਅਲ ਬੈਂਕਾਂ ਦੇ ਕਰਜ਼ੇ ਸਰ ਜੀ ਸਟੇਟ ਗਰੰਟਰ ਹੈਗਾ ਤੇ ਫਿਰ ਵੀ ਆਰਬੀਆਈ ਜਾਂ ਨਬਾਰ ਨੂੰ ਕੋਈ ਸਮੱਸਿਆ ਕਿਵੇਂ ਟੈਕਨੀਕਲ ਕੋਈ ਨਹੀਂ ਉਹ ਜਿਹੜਾ ਲੋਨ ਲੈਣਾ ਉਹ ਆਰਬੀਆਈ ਨਹੀਂ ਦਿੰਦੀ ਹੁੰਦੀ ਇਹ ਜਿਸਟੇਡ ਗਰੰਟੀ ਹਾਂ ਸੋਟ ਸਟੇਟ ਸਟੇਟ ਗਾਰੰਟੀ ਸੋਵਰਨ ਗਾਰੰਟੀ ਦਾ ਦੇਣੀ ਪੈਗੀ ਕਿਉਂਕਿ ਇਹ ਆਫਟਰ ਆਲ ਇਹ ਜਿਹੜੀ ਲਾਇਬਿਲਿਟੀ ਹੈ ਇਹ ਸਟੇਟ ਗਵਰਨਮੈਂਟ ਓਨ ਅਪ ਕਰ ਰਹੀ ਹੈ ਪਰ ਇਹ ਅੱਜ ਕਿਉਂਕਿ ਅੱਜ ਤੋਂ ਪੰਜਾਬ ਦੇ ਵਿੱਚ 70 ਸਾਲ ਪਹਿਲੀ ਮਰਤਬਾ ਹੋਇਆ ਹੈ ਪਹਿਲੀ ਮਰਤਬਾ ਹੋਇਆ ਪੰਜਾਬ ਚ ਕਿ ਸਰਕਾਰ ਨੇ ਇਹ ਐਡਾ ਵੱਡਾ ਕਦਮ ਜਿਹੜਾ ਚੱਕਿਆ ਉਹ ਕੈਪਟਨ ਸਾਹਿਬ ਦੀ ਮੈਂ ਇਸ ਗੱਲ ਦੀ ਤਾਰੀਫ ਕਰਦਾ ਹਾਂ ਔਰ ਔਰ ਇਹ ਤਰੀਕਾਕਰ ਹੋਰ ਸਟੇਟਾਂ ਨੇ ਵੀ ਨਹੀਂ ਅਪਣਾਇਆ ਸੋ ਸਾਡੇ ਵਾਸਤੇ ਵੀ ਇਹ ਨਵੀਂ ਗੱਲ ਹੈ ਇੱਕ ਗੱਲ ਕਹਤੀ ਹੈ ਪਰ ਇਹਦਾ ਅਖੀਰ ਇਹਨੂੰ 10 ਲੱਖ ਬੈਨੀਫਿਸ਼ਰੀਜ਼ ਦੇ ਖਾਤਿਆਂ 'ਚ ਪੈਸੇ ਪਹੁੰਚਾਉਣੇ ਆ ਤੇ ਕੋਈ ਨਾ ਕੋਈ ਇਹਦਾ ਯੂ ਨੋ ਤਰੀਕਾਕਰ ਤਾਂ ਸਾਨੂੰ ਇਸਤੇਮਾਲ ਕਰਨਾ ਪਏਗਾ ਔਰ ਕਿਉਂਕਿ ਰਿਜ਼ਰਵ ਬੈਂਕ ਤੇ ਨਵਾੜ ਜਿਹੜੇ ਆ ਇਹ ਇਹ ਮੇਜਰ ਸਟੇਕ ਹੋਲਡਰਸ ਆ ਉਨ੍ਹਾਂ ਦੀ رائے ਲੈਣੀ ਉਹਨਾਂ ਦਾ ਤਜਰਬਾ ਹੈ ਇਸ ਕੰਮ ਦਾ ਸੋ ਉਹ ਲੈਣਾ ਸਾਨੂੰ ਬਹੁਤ ਜ਼ਰੂਰੀ ਸੀ ਸਰ ਸੈਂਟਰ ਸੈਂਟਰ ਗਵਰਨਮੈਂਟ ਨੇ ਦੇ ਨਾਲ ਵੀ ਤੁਹਾਡੀਆਂ ਮੀਟਿੰਗਾਂ ਹੁੰਦੀਆਂ ਉਹਨਾਂ ਨੇ ਕੁਝ ਥੋੜਾ ਜਿਹਾ ਤੁਹਾਨੂੰ ਰਾਹਤ ਦੇਣ ਦਾ ਕੋਈ ਤਰੀਕਾ ਲੱਭਿਆ ਦੇਖਿਓ ਸੈਂਟਰ ਗਵਰਨਮੈਂਟ ਨੇ ਤਾਂ ਨਹੀਂ ਮੈਨੂੰ ਲੱਗਦਾ ਕੋਈ ਇਹ ਤਾਂ ਹੋ ਸਕਦਾ ਹੈ ਕਿ ਜਦੋਂ ਇਲੈਕਸ਼ਨ ਨਜ਼ਦੀਕ ਆਇਆ ਲੋਕ ਸਭਾ ਦਾ ਇਲੈਕਸ਼ਨ ਆਇਆ ਤਾਂ ਉਸ ਵੇਲੇ ਤਾਂ ਇਹ ਦੇਣਗੇ ਪਰ ਇਸ ਵੇਲੇ ਤਾਂ ਜੋ ਵੀ ਡੈਟ ਵੇਵਰ ਸਕੀਮ ਹੈ ਇਹ ਪੰਜਾਬ ਸਰਕਾਰ ਦੀ ਆਪਣੀ ਹੈ ਪੰਜਾਬ ਸਰਕਾਰ ਦੀ ਆਪਣੀ ਲਾਇਬਿਲਟੀ ਹੈ ਇਹਦੇ ਵਿੱਚ ਹੋਰ ਕੋਈ ਜਿਹੜਾ ਫਰੀਕ ਜਿਹੜਾ ਉਹ ਮੌਜੂਦ ਨਹੀਂ ਹੈ ਔਰ ਅਸੀਂ ਕਿਉਂਕਿ ਔਰ ਮੈਂ ਰੋਜ਼ ਅਖਬਾਰਾਂ 'ਚ ਵੀ ਪੜ੍ਹਦਾ ਹਾਂ ਸੁਰਖੀਆਂ ਅੱਜਕੱਲ ਬਣ ਰਹੀਆਂ ਹਨ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਨੇ 10 ਸਾਲ ਕੁਝ ਨਹੀਂ ਕੀਤਾ ਔਰ ਇਹ ਜਿਹੜਾ 10 ਸਾਲਾਂ ਦਾ ਕੰਮ ਧਰਿਆ ਪਿਆ ਸੀ ਹੁਣ ਸ਼੍ਰੋਮਣੀ ਅਕਾਲੀ ਦਲ 10 ਦਿਨ ਵੀ ਇੰਤਜ਼ਾਰ ਕਰਨ ਨੂੰ ਤਿਆਰ ਨਹੀਂ ਹੈ ਮੈਂ ਉਹਨਾਂ ਦੇ ਦੂਰੇ ਮਿਆਰ ਤੇ ਬੜਾ ਹੈਰਾਨ ਹੈ ਔਰ ਮੈਨੂੰ ਇਸ ਕੱਲ ਦਾ ਅਫਸੋਸ ਵੀ ਹੈ। ਬਾਕੀ ਜਿਹੜਾ ਐਫਆਈ ਦੀ ਗੱਲ ਕਰੀਏ ਉਹ ਇਹ ਵੀ ਕਹਿ ਰਹੇ ਕਿ ਕਿਸਾਨਾਂ ਦੇ ਮੁੱਦੇ ਤੇ ਵਿਸ਼ੇਸ਼ ਸੈਸ਼ਨ ਬੁਲਾਇਆ ਜਾਏ ਵਿਧਾਨ ਸਭਾ ਦਾ ਜਿਦੇ ਵਿੱਚ ਕੇਵਲ ਕਿਸਾਨਾਂ ਦਾ ਜਿਹੜਾ ਸੁਸਾਇਡ ਦਾ ਮੁੱਦਾ ਹੈ ਜਾਂ ਫਿਰ ਜਿਹੜਾ ਕਰਜ਼ੇ ਦਾ ਮੁੱਦਾ ਹੈ ਉਸ ਤੇ ਚਰਚਾ ਹੋਵੇ। ਸੈਸ਼ਨ ਹੁਣੇ ਬਜਟ ਸੈਸ਼ਨ ਹੁਣੇ ਹੋ ਕੇ हटਿਆ। ਆਪੋਜੀਸ਼ਨ ਨੇ ਬਜਟ ਡਿਬੇਟ ਤੇ ਗਵਰਨਰ ਅਡਰੈਸ ਡਿਬੇਟ ਦੋਨਾਂ ਤੇ ਬਹਿਸ ਕਰਨ ਤੋਂ ਇਨਕਾਰ ਕਰ ਦਿੱਤਾ। ਨਾ ਹੀ ਜਿਨ੍ਹਾਂ ਕੋਈ ਬਿੱਲ ਵਗੈਰਾ ਪਾਸ ਹੋਣੇ ਸੀ। ਔਰ ਮੈਂ ਕਹਿੰਨਾ ਕਿ ਜਿਸ ਦਿਨੇ ਕਰਜ਼ਾ ਮਾਫ ਸਰਕਾਰ ਨੇ ਕਰਤਾ ਵੀ ਵਿਲ ਬੀ ਹੈਪੀ ਟੂ ਕਾਲ ਅ ਸੈਸ਼ਨ ਹੁੰਦਾ। ਬਦਲ ਸਾਹਿਬ ਕੱਲ ਦੱਸੋ ਸਰ ਇਹ ਕੱਲ ਦੱਸੋ ਕਿ ਜਿਹੜਾ ਤੁਸੀਂ ਕਹਿੰਦੇ ਹੋ ਕਿ ਗਵਰਨਮੈਂਟ ਏਕਓਵਰ ਕਰਨਾ ਚਾਹੁੰਦੀ ਹੈ ਸਾਰਾ ਕਿਸਾਨਾਂ ਦਾ ਲੋਨ 10000 ਕਰੋੜ ਤੱਕ ਦਾ ਹੈ। ਅਲਰੇਡੀ ਆਪਣੀ ਲਿਮਿਟ ਤੇ ਪੂਰੀ ਹੋ ਚੁੱਕੀ ਹੈ ਫਿਰ ਉਦੋਂ ਅੱਛੇ ਸੀਡ ਕਿਵੇਂ ਕਰਾਂਗੇ ਤੁਹਾਨੂੰ ਮੈਨੂੰ ਸਮਝ ਨਹੀਂ ਆਈ ਤੁਹਾਡੇ ਸਵਾਲ ਦੀ ਇੱਕ ਇਹ ਹੁੰਦੀ ਹੈਗੀ ਇਹ ਲਿਮਿਟ ਹੈ ਤੁਹਾਡੀ ਐਫਆਰਬੀਐਮ ਦੀ ਇਹ ਤੋਂ 3% ਤੋਂ ਉੱਪਰ ਨਹੀਂ ਜਾ ਸਕਦਾ ਜੀ ਤੇ ਜਦੋਂ ਇਹ ਪਾਵਾਂਗੇ ਉਹਦੇ ਵਿੱਚ ਤਾਂ ਫਿਰ ਉਹ ਤਾਂ ਉੱਪਰ ਜਾਏਗਾ ਹੀ ਜਾਵੇਸ ਗਵਰਨਮੈਂਟ ਕੋਲੇ ਹੋਰ ਹੋਰ ਐਵੇਨਿਊਜ਼ ਵੀ ਨਾ ਲੋਨ ਰੇਸ ਕਰਨ ਦੇ ਸਾਡੇ ਕੋਲੇ ਮੰਡੀ ਬੋਰਡ ਹੈ ਸਾਡੇ ਕੋਲ ਪੀਆਈਡੀਬੀ ਹੈ ਸਾਡੇ ਕੋਲੇ ਰੂਰਲ ਡਿਵੈਲਪਮੈਂਟ ਬੋਰਡ ਹੈ ਸਾਡੇ ਕੋਲੇ ਹੋਰ ਹੋਰ ਤੁਸੀਂ ਕੰਸੋਲੀਡੇਟ ਫੰਡ ਚ ਪਾ ਲਈ ਨਹੀਂ ਹੈ ਪਰ ਉਹਦੇ ਚ ਉਹ ਸਾਰੇ ਨਹੀਂ ਨਾ ਪਏ ਕੁਝ ਬਾਹਰ ਵੀ ਹੈ ਸੋ ਬੇਸਿਕਲੀ ਜਿਸ ਸਾਡੇ ਕੋਲੇ ਅਜੇ ਤੱਕ ਹੈਡ ਰੂਮ ਹੈਗਾ ਓਕੇ ਵੀ ਵਿਲ ਬੀ এবਲ ਟੂ ਰੇਸ ਦ ਮਨੀ दैट ਇਹ ਇਹ ਪ੍ਰੋਬਲਮ ਜਿਹੜੀ ਹੈ ਇਹ ਫਾਈਨੈਂਸ ਡਿਪਾਰਟਮੈਂਟ ਦੀ ਹੈ ਹੁਕਮ ਜਿਹੜਾ ਹੈ ਇਸ ਕੈਪਟਨ ਸਾਹਿਬ ਦਾ ਅੱਗੇ ਸਿਰਦਰ ਦੀ ਜਿਹੜੀ ਹੈ ਫਾਈਨੈਂਸ ਡਿਪਾਰਟਮੈਂਟ ਸਾਹਿਬ ਸੁਖਬੀਰ ਸਿੰਘ ਬਾਦਲ ਹੋਣਾ ਨੇ ਕਿ ਕੈਂਪੇਨ ਸ਼ੁਰੂ ਕੀਤੀ ਕਿ ਉਹ ਕਹਿੰਦੇ ਵੀ ਕਾਂਗਰਸ ਰਾਜ ਚ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਇੱਕ ਜ਼ਬਰ ਵਿਰੋਧੀ ਲਹਿਰ ਦਾ ਨਾਮ ਦੇ ਕੇ ਕੈਂਪੇਨ ਸ਼ੁਰੂ ਕੀਤੀ ਗਈ ਹੈ ਪੰਜਾਬ ਪਰ ਦੇ ਵਿੱਚ ਕੱਲ ਤੋਂ ਇਹ ਸਿੱਧੂ ਸਵੇ ਦਾ ਜਾਓ ਤੁਸੀਂ ਦਿਓ ਜੀ ਤੁਸੀਂ ਜਾਓ ਤੁਸੀਂ ਦਿਓ ਮੈਂ ਚਾਹਦਾ ਸੀ ਇਹਨੂੰ ਸ਼ੁਰੂ ਨਹੀਂ ਕੀਤੀ ਸਿੱਧੂ ਸਾਹਿਬ ਪਹਿਲੇ ਕਿੰਨੇ ਜਵਾਬ ਦਿੱਤੇ ਠੀਕ ਹੈ ਸਿੱਧੂ ਸਾਹਿਬ